ਜਾਣਕਾਰੀ ਮਿਲੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਜੀਵਨ ਨਗਰ ਜਿਹੜਾ ਹੈਗਾ ਸਾਡਾ ਫਰੀਦਕੋਟ ਦਾ, ਉੱਥੇ ਕੋਈ ਗਲੀ ਨੰਬਰ 10 ਦੇ ਵਿੱਚ ਕੋਈ ਭਰੂਣ ਮਿਲਿਆ। ਉਹਨਾਂ ਦੇ ਹੁਕਮਾਂ ਮੁਤਾਬਕ ਅਸੀਂ ਜਿਹੜੀ ਮੈਡੀਕਲ ਟੀਮ ਪਹੁੰਚੀ ਹੈ ਅਤੇ ਉਹਨੇ ਜਿਹੜਾ ਫੀਟਸ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਹਨੂੰ ਜਿਹੜਾ ਅਗਲੀ ਕਾਰਵਾਈ ਵਾਸਤੇ ਐਗਜ਼ਾਮੀਨੇਸ਼ਨ ਵਾਸਤੇ ਉਹ ਅਸੀਂ ਪੁਲਿਸ ਨੂੰ ਸਪੁਰਦ ਕਰਕੇ ਭੇਜ ਦਿੱਤਾ। ਸਰ ਇਹ ਬੱਚਾ ਕਿੰਨੀ ਹੋ ਸਕਦਾ ਹੈ? 6-7 ਮਹੀਨੇ ਦਾ ਦੱਸਿਆ ਜਾ ਰਿਹਾ। ਸਰ ਫਰਦਰ ਹੁਣ ਕੀ ਕਾਰਵਾਈ ਕੀਤੀ ਜਾਏਗੀ ਇਸ ਮਾਮਲੇ? ਇਹਨੂੰ ਅਸੀਂ ਐਗਜ਼ਾਮੀਨੇਸ਼ਨ ਵਾਸਤੇ, ਡਿਟੈਕਸ਼ਨ ਵਾਸਤੇ, ਇਹਦਾ ਸੈਕਸ ਵਗੈਰਾ ਸਾਰਾ ਉਹ ਭੇਜਾਂਗੇ। ਸਾਡੇ ਤਲਾਹ ਮਿਲੀ ਸੀ ਇਸ ਵਾਈ ਸੇਵ ਵੱਲੋਂ ਵੀ ਇੱਕ ਭਰੂਣ ਗਲੀ ਦਾ ਪਦਾਰਥ ਚੁੱਕ ਲਿਆ। ਅਸੀਂ ਇੱਥੇ ਆਏ, ਦੇਖਿਆ ਅਤੇ ਡਾਕਟਰ ਟੀਮ ਅਤੇ ਸੀਨੀਅਰ ਅਫਸਰ ਨੂੰ ਦੱਸਿਆ ਅਤੇ ਡਾਕਟਰੀ ਟੀਮ ਆਈ ਹੈ, ਉਹ ਉਹਨਾਂ ਭਰੂਣ ਨੂੰ ਕਬਜ਼ੇ 'ਚ ਲੈ ਲਿਆ, ਅੱਗੇ ਕਾਰਵਾਈ ਕੀਤੀ ਜਾਏਗੀ।